ਸੀਨਾ ਉੱਪਰ ਹੈ ਰਹਿਮਾਨ ਰਹੀਮ ਅਸਲਾਮ ਅਲੈਕੁਮ ਮੈਂ ਤੁਹਾਡੀ ਕੰਟਨ ਜੈ ਪਠਾਣੀ ਤੁਸੀਂ ਦੇਖ ਰਹੇ ਮੇਰੇ YouTube ਚੈਨਲ ਲਪਾਕ ਨੂੰ ਖੁਸ਼ ਰੱਖੇ ਆਬਾਦ ਰੱਖੇ ਇਸੇ ਤੋਂ ਬਾਅਦ ਇਹਨਾਂ ਨੂੰ ਸ਼ੁਰੂ ਕਰਦੇ ਹਾਂ ਇਸ ਤੋਂ ਬਲੋ ਜੀ ਅੱਜ ਨਾ ਅਸੀਂ ਚੱਲੇ ਹਾਂ ਉੱਪਰ ਛੱਤ ਤੇ ਮੈਂ ਕਿਹਾ ਆਪਣੇ ਭੈਣਾਂ ਭਰਾਵਾਂ ਨਾਲ ਸ਼ੇਅਰ ਕਰਾਂ ਤੇ ਅੱਜ ਦੀ ਜਿਹੜੀ ਵੀਡੀਓ ਆ ਨਾ ਉਹ ਸਾਡੀ ਇਨਸ਼ਾਅੱਲਾ ਕੱਲ੍ਹ ਨੂੰ ਆਏਗੀ ਤੇ ਮੈਂ ਕਿਹਾ ਉੱਪਰ ਜਾ ਕੇ ਅੱਜ ਵੀਡੀਓ ਬਣਾਈ ਤੁਸੀਂ ਆਹ ਦੋ ਡੱਬੇ ਚੁੱਕ ਲਏ ਚਲੋ ਚੁੱਲ੍ਹੇ ਤੇ ਤਾਂ ਹਜੇ ਧੁੱਪ ਵੀ ਆਈ ਹਜੇ ਧੁੱਪ ਠਹਿਰ ਕੇ ਬਣਾਉਣੀ ਹੈ ਹਾਂ ਚਮੀ ਕੀ ਉਤਾਰ ਸੇ ਮਾੜੇ ਹੀ ਉੱਚੂ ਚਲੋ ਵਕਤ ਰੁਕੀ ਦਾ ਅੱਜ ਦੁਕਾਨਾਂ ਖੁੱਲੀਆਂ ਨਹੀਂ ਸੀ ਦੁਕਾਨ ਬਸ ਇੱਕ ਅੱਧੀ ਸੀ ਬਾਜਰਾ ਮੈਂ ਅੱਜ ਤਿੰਨ ਦਿਨ ਹੋ ਗਏ ਬਾਜਰਾ ਮੈਨੂੰ ਯਾਦ ਹੀ ਨਹੀਂ ਰਿਹਾ ਅਯਾਨ ਰਿਹਾ ਸੀ ਅਯਾਨ ਨੂੰ ਬੁਖਾਰ ਸੀ ਤੇ ਛੋਟੀ ਉਹਦੀ ਜਿਹੜੀ ਆਪੀ ਆ ਨਾਮ ਤਾਂ ਉਹਦਾ ਹੈਗਾ ਆਇਤ ਫਾਤਮਾ ਲੇਕਿਨ ਵੈਸੀ ਅਸੀਂ ਉਹਨੂੰ ਪਿਆਰ ਨਾਲ ਕਦੀ ਬਬਲੀ ਸਾਧ ਲੈਂਦੇ ਹਾਂ ਕਦੀ ਕੁਛ ਸਾਧ ਲੈਂਦੇ ਹਾਂ ਉਹਨੂੰ ਵੀ ਅੱਜ ਬੁਖਾਰ ਸੀ ਅਤੇ ਉਹਨੇ ਮੇਰੇ ਨੇੜੇ ਨੇੜੇ ਲੱਗਦੇ ਸੀ ਅੱਜ ਨਾ ਮੈਨੂੰ ਵੀ ਨਸਲਾਂ ਜ਼ੁਕਾਮ ਉਹਨਾਂ ਨੇ ਲਵਾ ਲਿਆ ਅੱਜ ਮੇਰਾ ਗਲਾ ਹੀ ਇੰਨਾ ਦਰਦ ਕਰਦਾ ਵਾ ਜਲਨ ਹੁੰਦੀ ਆ ਗਲੇ ਨੂੰ ਉਹ ਵੜੀ ਹੋਈ ਆ ਉਹਦੇ ਵਿੱਚ ਹਾਂਡੀ ਦੇ ਹਾਂਡੀ ਹੈ ਕਿ ਪਤਾ ਨਹੀਂ ਕੀ ਆ ਉਹਦੇ ਵਿੱਚ ਕੁੰਜਾ ਅੱਜ ਨਾ ਕਾਫੀ ਦਿਨਾਂ ਬਾਅਦ ਨਾ ਉੱਪਰ ਨਾ ਕੁਕਿੰਗ ਕਰਨ ਲੱਗੀ ਆ ਬਹੁਤ ਦਿਨ ਹੋ ਗਏ ਆ ਤੇ ਅੱਜ ਮੈਂ ਕਿਹਾ ਉੱਪਰ ਹੀ ਕੁਕਿੰਗ ਹੁਣ ਨਾ ਜਿਸ ਤਰ੍ਹਾਂ ਵੀ ਮੌਸਮ ਚੇਂਜ ਹੋਏਗਾ ਸਰਦੀ ਆਏਗੀ ਨਾ ਤੇ ਅਸੀਂ ਨਾ ਉੱਪਰ ਹੀ ਸ਼ਿਫਟ ਹੋ ਜਾਵਾਂਗੇ ਹੈਨਾ ਹਾਂਜੀ ਉੱਪਰ ਸ਼ਿਫਟ ਹੋ ਜਾਵਾਂਗੇ ਆਪਾਂ ਜਦੋਂ ਆਪਣੀ ਆਈ ਆਣੀ ਆ ਤੇ ਫਿਰ ਹੀ ਆਪਾਂ ਸ਼ਿਫਟ ਹੋਣਾ ਉੱਤੇ ਉਹ ਨੇ ਤਾਂ ਨਹੀਂ ਉਹ ਤਾਂ ਸ਼ਿਫਟ ਹੋ ਹੀ ਜਾਣਾ ਵਾ ਜਦੋਂ ਅੱਲਾ ਨੇ ਜਦੋਂ ਚਾਹਾ ਉਹ ਕਰ ਸਕਦਾ ਵਾ ਅੱਛਾ ਯਾਨੀ ਉੱਤੇ ਆਪਾਂ ਪਕਾਉਣ ਦਾ ਸਿਸਟਮ ਉੱਤੇ ਲੈ ਆਉਣਾ ਹਾਂ ਅੱਛਾ ਕਿਉਂ ਸਰਦੀਆਂ ਦੇ ਵਿੱਚ ਨਾ ਅੱਗ ਤੋਂ ਬਗੈਰ ਤਾਂ ਸਾਡਾ ਗੁਜ਼ਾਰਾ ਨਹੀਂ ਤੇ ਉਸ ਤੋਂ ਪਹਿਲੇ ਜੇ ਕਿਸਮਤ ਜੀ ਇਹ ਸਰਦੀ ਰਹੀ ਹੈ ਇੱਥੇ ਤੇ ਫਿਰ ਉੱਪਰ ਹੀ ਰਵਾਂਗੇ ਨਾ ਰਹੀ ਕਿਸਮਤ ਜੀ ਫਿਰ ਪਤਾ ਨਹੀਂ ਪਰਦੇਸੀ ਬੰਦੇ ਆ ਮੈਂ ਕੀ ਫਿਰ ਪਤਾ ਨਹੀਂ ਕਿੱਥੇ ਹੋਵਾਂਗੇ ਹਾਂਜੀ ਇੱਧਰ ਬੰਦੇ ਇਕੱਠੇ ਹੋਏ ਆ ਪਤਾ ਨਹੀਂ ਕੀ ਮਸਲਾ ਵਾ ਦੂਰ ਬਹੁਤ
ਅੱਜ ਰਾਤ ਨੂੰ ਮਿਲਾਦ ਵੀ ਆ, ਮਿਲਾਦ ਤੇ ਵੀ ਜਾਵਾਂਗੇ। ਇਨਸ਼ਾਅੱਲਾ ਮਿਲਾਦ ਕਰਾਉਂਦੇ ਹਾਂ, ਬਸ ਥੋੜ੍ਹੇ ਦਿਨ ਤੋਂ। ਸਲਾਹ ਤਾਂ ਪਹਿਲਾਂ ਹੈਗੀ ਸੀ, ਮੈਂ ਕਈ ਨਾ ਦਿਨਾਂ 'ਚ ਕਰਾ ਲਈਏ, ਲੇਕਿਨ ਚਲੋ ਮਾਸ਼ਾਅੱਲਾ ਅੱਗ ਸਾਡੀ ਬਲ ਗਈ ਆ, ਅਤੇ ਇਹ ਨਾ ਕੜਾਹੀ ਮੈਂ ਉੱਪਰ ਰੱਖ ਲਈ ਆ, ਅਤੇ ਪਾਣੀ ਲੈ ਕੇ ਆਉਂਦੀ ਹਾਂ। ਜੀ ਕੜਾਹੀ ਦੇ ਵਿੱਚ ਨਾ ਥੋੜ੍ਹਾ ਜਿਹਾ ਪਾਣੀ ਪਾਵਾਂਗੇ, ਇੱਧਰ ਨਾ ਸੂਜੀ ਜਿਹੜੀ ਹੈ ਨਾ ਉਹ ਵੀ ਭਿੰਨ ਕੇ ਰੱਖਾਂਗੇ। ਇਹ ਤਾਂ ਮੈਨੂੰ ਲੱਗਦਾ ਕਿਤੇ ਤਾਜ਼ੀ ਹੈ ਸੂਜੀ, ਹੈ ਨਾ? ਹਾਂ, ਚਿੱਟੀ ਸਫੈਦ ਕੋਈ ਹੋਈ ਨਹੀਂ, ਚਿੱਟੀ ਨਹੀਂ ਹੁੰਦੀ। ਮੈਂ ਉਹਨੂੰ ਕਹਾਂ ਕਿ ਜਲਦੀ ਜਲਦੀ ਛਾ ਭਰੇ ਸਾਨੂੰ ਪਾ ਦਿਓ, ਤਾਜ਼ਾ ਸੀਗੀ ਮੈਂ ਹੈਗਾ ਪਹਿਲੇ, ਅਸੀਂ ਲੈ ਕੇ ਚਲੀਏ। ਅੱਗ ਵੀ ਬਲ ਗਈ ਆ, ਕੜਾਹੀ ਮੈਂ ਉੱਪਰ ਰੱਖ ਲਈ, ਕੜਾਹੀ ਦੇ ਵਿੱਚ ਨਾ ਥੋੜ੍ਹਾ ਜਿਹਾ ਮੈਂ ਪਾਣੀ ਪਾਇਆ ਆਪਣੇ ਹਿਸਾਬ ਦਾ, ਅਤੇ ਇੱਧਰ ਸੂਜੀ ਵੀ ਭਿੰਨ ਕੇ ਰੱਖ ਲਈ ਆ, ਅਤੇ ਉਹ ਹੁਣ ਪਾਵਾਂਗੀ ਚੀਨੀ। ਬਿਸਮਿਲਲਾਹ ਰਹਿਮਾਨ ਰਹੀਮ। ਕਾਫੀ ਨਾ ਮਸਰੂਫ ਰਹੀ ਹਾਂ ਦੋ ਦਿਨ, ਅਤੇ ਕੋਈ ਹੋਸ਼ ਹੀ ਨਹੀਂ ਸੀ ਵੀ ਮੈਂ ਕਿੱਥੇ ਹਾਂ ਕਿੱਥੇ ਨਹੀਂ। ਲੇਕਿਨ ਆਹ ਜਿਹੜਾ ਤੰਦੂਰ ਆ ਇਹ ਇਸ ਤਰ੍ਹਾਂ ਮੈਨੂੰ ਬਿਲਕੁਲ ਹੀ ਨਹੀਂ ਚੰਗਾ ਲੱਗਦਾ, ਜਿੱਥੇ ਮੈਂ ਨਾ ਹਾਂਡੀ ਰੋਟੀ ਕਰਾਂ ਅਤੇ ਉਹ ਜਗ੍ਹਾ ਨਾ ਥੋੜ੍ਹੀ ਖਰਾਬ ਹੋਵੇ ਨਾ, ਅਤੇ ਮੈਨੂੰ ਬਿਲਕੁਲ ਹੀ ਸਕੂਨ ਨਹੀਂ ਆਉਂਦਾ। ਅਤੇ ਇਹ ਜਿਹੜੀ ਜਗ੍ਹਾ ਵਾ ਨਾ ਇਹ ਵੀ ਲਿਪਾਂਗੀ, ਅੱਲਾ ਖੈਰ ਰੱਖੇ। ਅਤੇ ਬਸ ਥੋੜ੍ਹੀ ਪਰੇਸ਼ਾਨੀਆਂ ਵੀ ਆ ਅਤੇ ਥੋੜ੍ਹੀ ਮਸਰੂਫ ਹਾਂ, ਇਸ ਵਜ੍ਹਾ ਤੋਂ ਨਾ ਵੀ ਇਹ ਹਜੇ ਇਸੇ ਤਰ੍ਹਾਂ ਹੀ ਆ। ਚਮਚੀ ਵਿੱਚ ਡੁੱਬੀ ਪਈ ਆ, ਡੁੱਬੀ ਪਈ ਪੰਜਾਬੀ ਮਾਸ਼ਾਅੱਲਾ ਪਤਾ ਨਹੀਂ ਕਿੱਧਰ ਲੈ ਗਈਆਂ। ਇਹ ਨਾ ਵੈਸੇ ਤਾਂ ਰੈੱਡ ਕਲਰ ਦਾ ਵੀ ਹਲਵਾ ਬਣ ਸਕਦਾ ਵਾ, ਥੋੜ੍ਹੀ ਚਸ ਜਿਹੜੀ ਆ ਨਾ ਲਾਲ ਹੋ ਜਾਵੇ ਅਤੇ ਫਿਰ ਰੈੱਡ ਕਲਰ ਦਾ ਹਲਵਾ ਬਣ ਜਾਵੇ, ਲੇਕਿਨ ਅੱਜ ਮੇਰਾ ਦਿਲ ਆ ਮੈਂ ਨਾ ਸਫੈਦ ਕਲਰ ਦਾ ਹਲਵਾ ਬਣਾਵਾਂ। ਇਹਦੇ 'ਚ ਹੁਣ ਮੈਂ ਘਿਓ ਪਾਵਾਂਗੀ, ਅੱਜ ਅਸੀਂ ਬਣਾਵਾਂਗੇ ਚਿੱਟਾ ਚਿੱਟਾ, ਹੈ ਚਿੱਟਾ ਚਿੱਟਾ ਵਾਈਟ, ਉਹ ਮਜ਼ੇਦਾਰ ਲੱਗਦਾ। ਅੱਛਾ, ਚਿੱਟਾ ਹੋਵੇ ਨਾ। ਬਿਲਾਲ ਦੇ ਪਾਪਾ ਨੂੰ ਨਾ ਪਸੰਦ ਆ ਗੁੜ ਦਾ ਹਲਵਾ, ਵੈਸੇ ਗੁੜ ਦਾ ਹਲਵਾ ਵੀ ਬੜੀ ਮਜ਼ੇ ਦਾ ਹੁੰਦਾ ਵਾ, ਲੇਕਿਨ ਮੈਨੂੰ ਨਹੀਂ ਪਸੰਦ ਅਤੇ ਬਿਲਾਲ ਨੂੰ ਨਹੀਂ ਪਸੰਦ। ਰੇਹਾਨ ਵੈਸੇ ਮਿੱਠਾ ਘੱਟ ਖਾਂਦਾ, ਖਾਂਦੇ ਹੀ ਨਹੀਂ, ਗੱਲ ਕਿ ਕਿਤੇ ਆ ਇੱਕ ਅੱਧੀ ਬੂਟੀ ਲੈ ਲੈਣੀ ਤਾਂ ਨਹੀਂ, ਉਹਨੂੰ ਵੈਸੇ ਨਹੀਂ ਪਸੰਦ ਮਿੱਠਾ। ਅਤੇ ਮਾਸ਼ਾਅੱਲਾ ਚਸ ਸਾਡੀ ਨਾ ਤਿਆਰ ਹੋ ਗਈ ਆ। ਬਿਸਮਿਲਲਾਹ ਰਹਿਮਾਨ ਰਹੀਮ।
ਨਾ ਉਹ ਪੱਕ ਜਾਵੇ ਚੰਗੀ ਤਰ੍ਹਾਂ। ਮਾਸ਼ਾਅੱਲਾ ਸਾਡਾ ਮਜ਼ੇਦਾਰ ਹਲਵਾ ਜਿਹੜਾ ਮੱਖਣੀ ਹਲਵਾ ਤਿਆਰ ਹੋ ਗਿਆ ਵਾ ਤੇ ਲਾਵਾਂਗੇ ਥੱਲੇ। ਅਸੀਂ ਨਾ ਉੱਪਰ ਆਏ ਆ ਤੇ ਬਬਲੀ ਜਿਹੜੀ ਆ ਨਾ ਉਹ ਨੀਚੇ ਵਾਜਾ ਮਾਰ ਰਹੀ ਆ, ਕਹਿੰਦੇ ਕਿੱਧਰ ਗਏ ਆ। ਇਹਨਾਂ ਨਾਲ ਹਮਸਾਇਆਂ ਦੇ ਘਰਾਂ 'ਚ ਹਲਵਾ ਦੇਵਾਂਗੀ। ਦੋ ਪੱਟੀਆਂ ਲੈ ਜਾਏਗਾ ਬਲਾ ਗਰਮ ਅਜੇ ਠੰਡਾ ਹੋ ਜਾਣ ਦੇ। ਗਰਮ ਤਾਂ ਮਜ਼ੇਦਾਰ ਹੁੰਦਾ, ਠੰਡੇ ਲੱਗੀ ਫਾਇਦਾ ਜਦੋਂ ਘਿਓ ਜੰਮ ਜਾਵੇ ਫਿਰ। ਬਬਲੀ ਨੂੰ ਨਾ ਦੂਸਰਾ ਅੰਦਰ ਲੈ ਆਉਂਦਾ, ਇੱਥੇ ਬੰਨ ਲਿਆ ਬਬਲੀ ਨੂੰ ਅਤੇ ਹੁਣ ਨਾ ਕੂਲਰ ਜਿਹੜਾ ਵਾ ਨਾ ਉਹ ਮੈਂ ਚਲਾ ਲੈਣਾ ਵਾਂ। ਅਤੇ ਬਬਲੀ ਅਤੇ ਬਿਲਾਲ ਜਿਹੜੇ ਆ ਨਾ ਇਹ ਦੋਨੇ ਘਰ ਆ। ਬਿਲਾਲ ਕਹਿੰਦਾ ਮੈਂ ਬਬਲੀ ਦਾ ਨਾ ਖਿਆਲ ਰੱਖੂੰਗਾ। ਬਬਲੀ ਦਾ ਖਿਆਲ ਰੱਖੇਂਗਾ? ਅੱਛਾ, ਦਰਵਾਜ਼ਾ ਨਾ ਖੋਲੀ ਨਾ ਬਿਜਲੀ ਨੂੰ ਹੱਥ ਲਾਈ, ਠੀਕ ਆ? ਹਾਂ, ਇੱਥੇ ਮੈਂ ਕੂਲਰ ਚਲਾ ਕੇ ਦਿੰਦੀ ਹਾਂ ਅਤੇ ਬਬਲੀ ਨੂੰ ਵੀ ਹਵਾ ਜਾਏਗੀ ਅਤੇ ਤੈਨੂੰ ਵੀ ਜਾਏਗੀ, ਠੀਕ ਆ? ਅਤੇ ਅਸੀਂ ਨਾ ਬਾਹਰ ਚੱਲੇ ਹਾਂ, ਕਿਉਂ ਅੱਜ 12 ਰਬੀਅਲ ਦੀ ਰਾਤ ਆ। ਸਾਡੇ ਨਾ ਇੱਥੇ ਬਾਜ਼ਾਰ ਕਾਫੀ ਸੱਜੇ ਹੁੰਦੇ ਆ ਅਤੇ ਅਸੀਂ ਨਾ ਅੱਜ ਦਿਖਾਵਾਂਗੇ ਆਪਣੇ ਭੈਣਾਂ ਭਰਾਵਾਂ ਨੂੰ ਵੀ ਕਿਸ ਤਰ੍ਹਾਂ ਬਾਜ਼ਾਰ। ਅਤੇ ਇਹਨੂੰ ਨਾ ਬਿਲਾਲ ਨੂੰ ਕੂਲਰ ਚਲਾ ਦੂੰ।
ਦਾ ਵੱਲੋਂ ਮੇਰਾ ਇਹ ਸੀ, ਅਗਰ ਮੇਰਾ ਵੱਲੋਂ ਪਸੰਦ ਆਇਆ ਹੋਵੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੇ, ਲਾਈਕ ਕਰੇ, ਸ਼ੇਅਰ ਜ਼ਰੂਰ ਕਰੇ। ਇਸੇ ਦੇ ਨਾਲ ਆਪਣੀ ਭੈਣ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।